ਕੀ ਕਰਦੇ ਭਾਈ? ਆਟੋ ਚਲਾਉਂਦਾ। ਤੇ ਆਟੋ ਜਿਹੜਾ ਇੱਥੇ ਖੜਾ ਤੇ ਉਹ ਕੀ ਚੱਕਰ ਕੀ ਤੁਸੀਂ ਦੇਖਿਆ? ਇੰਨਾ ਦੇਖਿਆ ਜੀ ਮੈਂ ਮੰਡੀ ਰਾਤੀ 2:30 ਦਾ ਟਾਈਮ ਸੀ, ਅਸੀਂ ਨਕੋਦਰ ਆ ਰਹੇ ਤਾਂ ਉਹ ਬੰਦਾ ਰੱਸੀ ਮਾਰਨ ਡਿਆ ਸੀ ਆਟੋ ਵਾਲੇ ਨੂੰ। ਆਟੋ ਤੁਸੀਂ ਕਿੱਥੇ ਗਏ ਸੀ? ਅਸੀਂ ਮੇਲਾ ਦੇਖਣ ਗਏ ਨਕੋਦਰ। ਅੱਛਾ ਜੀ, ਤੇ ਕਿੰਨੇ ਵਜੇ ਦਾ ਟਾਈਮ ਸੀ ਉਹ? ਟਾਈਮ ਸੀ ਘੱਟੋ ਘੱਟ ਤੁਸੀਂ ਅੰਦਾਜ਼ਾ ਰੱਖ ਲਓ 2 ਜਾਂ 2:30 ਦੇ ਵਿੱਚ ਟਾਈਮ ਸੀਗਾ। ਕਿੰਨੇ ਵਜੇ ਦਾ ਟਾਈਮ? ਇੱਕ ਮੁੰਡਾ ਸੀ, ਦੋ ਮੁੰਡੇ? ਮੁੰਡਾ ਇੱਕ ਹੀ ਸੀਗਾ ਉਹ। ਅੱਛਾ ਜੀ, ਹਾਂਜੀ। ਤੇਰਾਂ ਤਰੀਕ ਰਾਤ ਨੂੰ ਚੋਰੀ ਹੋਇਆ, ਜਿਹੜਾ ਕਿ ਅਸੀਂ ਸਵੇਰੇ ਉੱਠ ਕੇ ਦੇਖਿਆ ਅਤੇ ਆਟੋ ਨਹੀਂ ਸੀਗਾ ਖੜਾ। ਅਸੀਂ ਕੈਮਰਿਆਂ ਵਿੱਚ ਵੇਖਿਆ, ਉਹ ਟਾਈਮ ਆਇਆ ਜੀ 3:53 'ਤੇ ਆਇਆ। ਅਸੀਂ ਦੋ ਲੜਕੇ ਆ ਜਿਹੜੇ ਕਿ ਦੂਜਾ ਆਟੋ ਲੈ ਕੇ ਆਏ ਸੀਗੇ, ਉਹਦਾ ਅਤੁਲ ਨਾਂ ਸੀਗਾ ਆਟੋ ਦਾ। ਉਸ ਤੋਂ ਬਾਅਦ ਸਾਨੂੰ ਆਟੋ ਨਹੀਂ ਲੱਭਾ। ਇਹ ਆਟੋ ਦਾ ਕੀ ਚੱਕਰ ਜੀ ਅੱਜ ਜਿਹੜਾ? ਇਹ ਜਿਹੜਾ ਆਟੋ, ਇੱਕ ਆਟੋ ਸਾਨੂੰ ਹੋਰ ਲੱਭਾ ਅੱਜ, ਉਹ SGL ਦੇ ਕੋਲੋਂ। ਉਹ ਆਟੋ ਅਸੀਂ ਥਾਣੇ ਲੈ ਕੇ ਚੱਲੇ ਹਾਂ ਹੁਣ, ਉਹ ਆਟੋ ਸਾਡਾ ਨਹੀਂ ਹੈਗਾ। ਉਹ ਆਟੋ ਹੁਣ ਥਾਣੇ ਲੈ ਕੇ ਚੱਲੇ ਹਾਂ। ਉਹ ਜਿਹੜੇ ਆਟੋ ਲੈ ਕੇ ਆਏ ਸੀਗੇ ਥਾਣੇ ਤੋਂ ਲੈ ਕੇ ਆਏ ਸੀ ਜਾਂ ਕਿੱਥੋਂ ਲੈ ਕੇ ਆਏ ਸੀ, ਉਹ ਆਟੋ ਹੁਣ ਥਾਣੇ ਲੈ ਕੇ ਚੱਲੇ ਹਾਂ। ਉਸ ਤੋਂ ਬਾਅਦ ਉਹ ਪਤਾ ਲੱਗਿਆ। ਬਾਕੀ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਅਸੀਂ ਕਿ ਜਿਹੜਾ ਸਾਡਾ ਆਟੋ ਆ ਮਿਲਣਾ ਚਾਹੀਦਾ, ਇਹ ਕੈਮਰੇ ਕੁਮਰੇ ਚੈੱਕ ਕੀਤਾ ਜਾਵੇ ਕਿ ਉਹ ਆਟੋ ਜਿਹੜੇ ਆਟੋ ਸੀਗਾ ਇਹ ਕਿੱਥੋਂ ਲੈ ਕੇ ਆਏ। ਇਹ ਸਾਨੂੰ ਪ੍ਰਸ਼ਾਸਨ ਅੱਗੇ ਬੇਨਤੀ ਹੈ।